a South Asian Canadian channel. ਪੰਜਾਬ ਸਰਕਾਰ 'ਚ ਸੰਸਦੀ ਸਕੱਤਰ ਰਹਿ ਚੁੱਕੇ ਕੇ ਡੀ ਭੰਡਾਰੀ ਨੂੰ ਭਾਜਪਾ ਵੱਲੋਂ ਦੁਬਾਰਾ ਜਲੰਧਰ ਉੱਤਰੀ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਜਿਸ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੀ ਸੇਠ ਹੁਕਮ ਚੰਦ ਕਲੋਨੀ 'ਚ ਘਰ ਦੇ ਬਾਹਰ ਖੜੀਆਂ ਦੋ ਕਾਰਾਂ ਦੇ ਇੱਕ ਨੌਜਵਾਨ ਵੱਲੋਂ ਸ਼ੀਸ਼ੇ ਭੰਨਣ ਉਪਰੰਤ ਉਹਨਾਂ ਦੀ ਰਿਹਾਇਸ਼ ਤੇ ਪੱਥਰਾਂ ਨਾਲ ਵੀ ਹਮਲਾ ਕੀਤਾ ਗਿਆ। ਇਸ ਕਾਰਨ ਉਹਨਾਂ ਦੀ ਕੋਠੀ 'ਤੇ ਲੱਗੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਸੰਬੰਧੀ ਭਾਜਪਾ ਉਮੀਦਵਾਰ ਤੀਨੂ ਨੇ ਦੱਸਿਆ ਕਿ ਉਹ ਕੁਝ ਔਰਤਾਂ ਨਾਲ ਆਪਣੇ ਘਰ ਵਿੱਚ ਮੀਟਿੰਗ ਕਰ ਰਹੀ ਸੀ ਤਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਜਦ ਉਹਨਾਂ ਵੱਲੋਂ ਬਾਹਰ ਨਿਕਲ ਕੇ ਦੇਖਿਆ ਤਾਂ ਇੱਕ ਨੌਜਵਾਨ ਦੌੜ ਰਿਹਾ ਸੀ ਜਿਸ ਨੂੰ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕਾਬੂ ਕਰ ਲਿਆ। ਇਸ ਉਪਰੰਤ ਉਹਨਾਂ ਵੱਲੋਂ ਥਾਣੇ ਦੀ ਪੁਲਿਸ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ। ਮੇਰਾ ਨਾਮ ਆਸਥਾ ਭੰਡਾਰੀ ਹੈ, ਮੈਂ ਕਿਸ਼ਨਦੇਵ ਭੰਡਾਰੀ ਜੀ ਦੀ ਡਾਟਰ ਹਾਂ। ਮੈਂ ਉਸ ਜਦੋਂ ਇਹ ਹਾਦਸਾ ਹੋ ਰਿਹਾ ਸੀ ਉਦੋਂ ਮੈਂ ਉੱਪਰ ਆਪਣੀ ਜ਼ੂਮ ਮੀਟਿੰਗ ਕਰ ਰਹੀ ਸੀ। ਮੈਨੂੰ ਇੱਕਦਮ ਹੀ ਅੰਦਰ ਇੱਕ ਬਹੁਤ ਧੜਮ ਦੀ ਆਵਾਜ਼ ਆਈ। ਮੈਂ ਬਾਹਰ ਬੈਲਕਨੀ 'ਚੋਂ ਆ ਕੇ ਪੁੱਛਿਆ ਕਿ ਕੀ ਹੋਇਆ। ਉਦੋਂ ਸਾਡੇ ਕੁੱਕ ਸਾਹਿਬ ਨੇ ਦੱਸਿਆ ਕਿ ਬਾਹਰ ਜਿਹੜੇ ਦੋ ਗੱਡੀਆਂ ਹੈ ਬੰਦੇ ਨੇ ਤੋੜ ਦਿੱਤੀਆਂ ਅਤੇ ਕੋਈ ਬੰਦਾ ਆਇਆ ਇੱਦਾਂ, ਅਤੇ ਮੈਂ ਬਹੁਤ ਡਰ ਗਈ ਅਤੇ ਮੈਂ ਫਟਾਫਟ ਨੀਚੇ ਆਈ। ਮੈਂ ਹਲੇ ਇੱਥੇ ਹੀ ਖੜੀ ਸੀ, ਉਹ ਬੰਦਾ ਆਪਣੀ ਇੱਟ ਚੁੱਕ ਕੇ ਆਇਆ ਸੀ। ਸਾਰੇ ਡਰ ਗਏ ਸੀ, ਫਟਾਫਟ ਕਿ ਅੰਦਰ ਨਾ ਆ ਜਾਓ, ਅਸੀਂ ਗੇਟ ਬੰਦ ਕੀਤਾ। ਇੱਥੇ ਖੜੇ ਖੜੇ ਉਹਨੇ ਬਾਹਰੋਂ ਇੱਟ ਉੱਥੇ ਸੁੱਟੀ ਹੈ, ਦੋ ਸਾਡੀਆਂ ਗੱਡੀਆਂ ਤੋੜ ਦਿੱਤੀਆਂ, ਅਤੇ ਉਹਦੀ ਇੰਨੀ ਵੀ ਮਜਾਲ ਸੀ ਕਿ ਉਹ ਅੰਦਰ ਆ ਕੇ, ਕਿਉਂਕਿ ਜਦੋਂ ਸਾਡੇ ਕੁੱਕ ਅਤੇ ਨੌਕਰ ਬਾਹਰ ਗੱਡੀਆਂ ਦੇਖ ਰਹੇ ਸੀ ਕਿ ਹੋ ਕੀ ਰਿਹਾ, ਉਹਨੇ ਅੰਦਰ ਆ ਕੇ ਵੀ ਇੱਥੇ ਜਿਹੜਾ ਹੈ ਨਾਰੀਅਲ ਇੱਕ ਮਾਰਿਆ। ਉਸ ਦੌਰਾਨ ਇਹ ਘਟਨਾ ਦੇ ਬਾਅਦ ਉਹ ਇੱਥੋਂ ਦੀ ਚਲਾ ਗਿਆ ਕਿ ਇੱਥੇ ਹੀ ਰਿਹਾ ਜਾਂ ਉਹਨੂੰ ਫੜ ਲਿਆ ਗਿਆ? ਹਾਂਜੀ, ਉਹਨੇ ਜਦੋਂ ਦੇਖਿਆ ਕਿ ਬੰਦੇ ਇੱਥੇ ਇਕੱਠੇ ਹੋ ਰਹੇ ਆ, ਉਹ ਭੱਜ ਗਏ। ਪਰ ਸਾਡੇ ਪਿੱਛੇ ਇੱਕ ਰਹਿੰਦੇ ਨੇ, ਉਹ ਗੱਡੀ 'ਚ ਆਏ, ਉਹਨਾਂ ਨੇ ਫਟਾਫਟ ਜਾ ਕੇ ਉਹਨੂੰ ਫਿਰ ਪੁਲ 'ਤੇ ਫੜਿਆ। ਅਤੇ ਉਹ ਪਤਾ ਲੱਗਾ ਕਿ ਬੰਦਾ ਕੌਣ ਸੀਗਾ? ਨਹੀਂ, ਹਲੇ ਕੁਛ ਨਹੀਂ ਸਾਨੂੰ ਪਤਾ। ਉੱਥੇ ਪੁਲਿਸ ਸਹਾਇਤਾ ਕੇਂਦਰ ਤੇ ਸੂਚਨਾ ਦੇਣ ਉਪਰੰਤ ਹਲਕਾ ਉੱਤਰੀ ਦੇ ਏਸੀ ਵੀ ਮੌਕੇ ਤੇ ਪਹੁੰਚੇ। ਉਹਨਾਂ ਵੱਲੋਂ PCR ਟੀਮ ਨੂੰ ਬੁਲਾ ਕੇ ਲੋਕਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਨੂੰ ਉਹਨਾਂ ਦੇ ਹਵਾਲੇ ਕੀਤਾ। ਇਲਾਕੇ ਵਿੱਚ ਇਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਹਮਲਾ ਕਰਵਾਏ ਜਾਣ ਦੀ ਚਰਚਾ ਜ਼ੋਰਾਂ ਤੇ ਚੱਲ ਰਹੀ ਹੈ। ਇਸ ਸੰਬੰਧੀ ਹਲਕਾ ਉੱਤਰੀ ਦੇ ਭਾਜਪਾ ਉਮੀਦਵਾਰ KD ਭੰਡਾਰੀ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਮਿਲ ਰਹੇ ਲੋਕਾਂ ਦੇ ਭਰਪੂਰ ਸਹਿਯੋਗ ਨੂੰ ਵਿਰੋਧੀਆਂ ਵੱਲੋਂ ਬਰਦਾਸ਼ਤ ਨਹੀਂ ਹੋ ਰਿਹਾ। ਸ਼ਾਇਦ ਇਸੇ ਤਹਿਤ ਹੀ ਕਿਸੇ ਵੱਲੋਂ ਹਮਲਾ ਕਰਵਾਇਆ ਗਿਆ। ਉੱਥੇ ਹੀ ਥਾਣਾ ਡਿਵੀਜ਼ਨ 1 ਦੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਹੈ ਕੋਈ? ਸ਼ੀਦੇ ਬਾਰੇ ਪਤਾ ਲੱਗਿਆ ਕਿੱਥੇ ਰਹਿਣ ਵਾਲਾ ਕੌਣ ਹੈ? ਹਾਂਜੀ, ਨਹੀਂ ਪਤਾ ਲੱਗਾ, ਨਸ਼ੇ ਦੇ ਵਿੱਚ ਆ, ਸ਼ਰਾਬ ਪੀਤੀ ਉਹਨੇ ਜ਼ਿਆਦਾ। ਉਹਦਾ ਆਪਣਾ ਨਾਂ KK ਦੱਸਦਾ। ਕੀ ਨਾਮ ਦੱਸਦਾ? KK ਦੱਸਦਾ, ਬਸ ਦੋ ਨਾਂ ਅਕਸ਼ਰ ਦੱਸਦਾ, KK। ਅਤੇ ਏਰੀਆ ਦੱਸਦਾ, ਕਿਸ ਏਰੀਆ ਦਾ? ਏਰੀਆ ਨਹੀਂ, ਕਿੰਨੇ ਬੰਦੇ? ਉੱਦਾਂ ਕਹਿੰਦਾ ਇਹ ਆਪਣੇ ਕੋਈ ਚੌਂਕ ਦਾ ਨਾਂ ਲੈਂਦਾ ਆ, ਆਪਣੇ ਉਹ ਕਦੇ ਕਲੀਅਰ ਨਹੀਂ ਹੋ ਰਿਹਾ, ਸਾਡੇ ਕੋਲ ਹੀ ਆ। ਉਦਾਂ ਇਹ ਕਹਿੰਦਾ ਵੀ ਮੈਂ ਨਾਲ ਲੈ ਜਾਂਦਾ, ਦੱਸ ਦਿੰਦਾ ਘਰ ਕਿੱਥੇ ਮੇਰਾ। ਅੱਛਾ, ਵੈਰੀਫਾਈ ਕਰ ਰਹੇ ਹਾਂ ਪਰਚਾ ਦੇ ਕੇ ਮੈਸੇਜ ਹੋ ਗਿਆ। ਅਤੇ ਸਰ ਹਜੇ ਫਿਲਹਾਲ ਇੱਕੋ ਹੀ ਆ। A South Asian Canadian channel.